ਅੱਜ ਅਸੀਂ ਜਪ ਬਾਣੀ ਦਾ 27ਵਾਂ ਪਦਾ ਜਿਹੜਾ ਵਿਚਾਰਨਾ ਹੈ ਇਹ ਇਹਦੇ ਬਾਰੇ ਵੀ ਸਾਰੇ ਜਿਹੜੇ ਸੱਜਣ ਨੇ ਸੰਗਤ ਹੈ ਉਹ ਜਾਣਦੀ ਹੈ ਕਿ ਇਹ 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 ਜਿਹੜਾ ਸੋਧਰ ਦਾ ਪਦਾ ਹੈ ਇਹ ਤਿੰਨ ਵਾਰੀ ਰਿਪੀਟ ਹੋਇਆ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤਿੰਨ ਵਾਰੀ ਰਿਪੀਟ ਹੋਇਆ ਥੋੜੇ ਥੋੜੇ ਸਪੈਲਿੰਗਸ ਦੇ ਜਿਹੜੇ ਫਰਕ ਨੇ ਲੇਕਿਨ ਅਰਥ ਦੇ ਵਿੱਚ ਕੋਈ ਫਰਕ ਨਹੀਂ ਹੈ ਬਹੁਤਾ ਸੋ ਅੱਜ ਆਪਾਂ ਆਪਣੀ ਜਿਹੜੀ ਸ਼ੁਰੂਆਤ ਕਰਦੇ ਆਂ ਜਾ ਪਬਾਣੀ ਪਦਾ ਨੰਬਰ 70 ਸੋਦਰ ਤੇਰ ਸੋਦਰ ਕੀ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਇਹ ਟੋਟਲੀ ਇਸ ਪਦੇ ਦੇ ਵਿੱਚ ਉਸ ਅਕਾਲ ਪੁਰਖ ਦਾ ਦਰ ਕਰ ਕੈਸਾ ਜਿੱਥੇ ਮਨ ਦੇ ਟਿਕਾ ਦੇ ਬਾਦ ਕੈਸਾ ਵਿਚਿਤਰ ਹੈ ਜਦੋਂ ਮਨ ਦਾ ਟਿਕਾ ਆ ਜਾਵੇ ਮਨ ਵਿਚਾਰਾਂ ਤੋਂ ਮੁਕਤ ਹੋ ਜਾਵੇ ਮਨ ਸਹਿਜ ਵਿੱਚ ਆ ਜਾਵੇ ਮਨ ਟਿਕ ਜਾਏ ਤੇ ਇਸ ਤਰ੍ਹਾਂ ਪਰਤਿਤ ਹੁੰਦਾ ਹੈ ਕਿ ਸਾਰੀ ਪ੍ਰਕਿਰਤੀ ਹੀ ਉਸ ਅਕਾਲ ਪੁਰਖ ਦੇ ਨਾਮ ਦਾ ਜਾਪ ਕਰ ਰਹੀ ਹੈ ਮੈਂ ਕੁਰੀ ਫੇਰ ਰਿਪੀਟ ਕਰਦੇ ਹਾਂ ਐਸ ਪਦੇ ਦੇ ਵਿੱਚ ਮੋਸਟਲੀ ਅਧ ਵਿੱਚ ਜਾ ਕੇ ਦਾ ਜਿਹੜਾ ਅਖੀਰ ਤੇ ਤਕਰੀਬਨ ਜਾ ਕੇ ਥੋੜਾ ਜਿਹਾ ਪਾਸਾ ਸਬਜੈਕਟ ਦੇ ਨਾਲੋਂ ਅਲੱਗ ਹੋਏਗਾ ਬਟ ਮੋਸਟਲੀ ਇਥੇ ਕਿਹਾ ਗਿਆ ਕਿ ਉਸ ਅਕਾਲ ਪੁਰਖ ਦਾ ਦਰਕਰ ਕੈਸਾ ਬਚਿੱਤਰ ਹੈ ਜਿੱਥੇ ਮਨ ਦੇ ਟਿਕਾਹ ਦੇ ਬਾਅਦ ਇਹੋ ਲੱਗਦਾ ਹੈ ਕਿ ਸਾਰੀ ਪ੍ਰਕਿਰਤੀ ਹੀ ਅਕਾਲ ਪੁਰਖ ਦਾ ਨਾਮ ਜਪ ਰਹੀ ਹੈ। ਕਿ ਬੜੇ ਧਿਆਨ ਦੇ ਨਾਲ ਆਪਾਂ ਇਹ ਸਾਰਾ ਜਪ ਬਾਣੀ ਦਾ ਜਿਹੜਾ ਇਹ ਐਕਸਪਲੇਨੇਸ਼ਨ ਕਰ ਰਹੇ ਹਾਂ। ਕੋਸ਼ਿਸ਼ ਕਰ ਰਹੇ ਹਾਂ ਮੈਂ ਵੀ ਕਿਤੇ ਕੋਈ ਚੀਜ਼ ਰਹਿ ਨਾ ਜਾਏ। ਬਟ ਮੋਸਟਲੀ ਸਾਡੀ ਆਪਣੀ ਟੀਮ ਦਾ ਵੀ ਵਿਚਾਰ ਇਹ ਬਣਿਆ। ਔਰ ਸੰਗਤਾਂ ਵੱਲੋਂ ਵੀ ਇਹ ਆਇਆ ਕਿ ਇਹਨੂੰ ਆਪਾਂ ਕੰਟੀਨਿਊ ਦੁਬਾਰਾ ਵੀ ਕਰਨਾ ਸਾਰੇ ਜਪ ਬਾਣੀ ਹੈਗਾ ਬਹੁਤ ਔਖਾ ਕੰਮ ਹੈ ਲੇਕਿਨ ਉਹ ਆਪਾਂ ਮੀਟਿੰਗ 'ਚ ਨਹੀਂ ਕਰਾਂਗੇ ਉਹ ਅਲੱਗ ਇੱਕ ਜਿਸ ਤਰ੍ਹਾਂ ਆਪਾਂ ਥੋੜਾ ਜਿਹਾ ਇਹਨੂੰ ਸ਼ਾਰਟ ਕਰਕੇ ਸਿਰਫ ਤੇ ਸਿਰਫ ਜਪ ਬਾਣੀ ਦੀ ਗੁਰਬਾਣੀ ਦੀ ਐਕਸਪਲੇਨੇਸ਼ਨ ਲਾਈਨ ਬਾਈ ਲਾਈਨ ਉਹਦੀ ਇੱਕ ਵੱਖਰੀ ਰਿਕਾਰਡਿੰਗ ਬਣਾ ਕੇ YouTube ਤੇ ਪਾਈ ਜਾਵੇ ਦਾਸਕੁਲ ਜਦੋਂ ਸਮਾਂ ਲੱਗਿਆ ਉਦੋਂ ਇਹ ਆਪਾਂ ਇੱਕੋ ਹੀ ਰਿਕਾਰਡਿੰਗ ਸਾਰੀ ਜਪ ਬਾਣੀ ਦੀ ਬਣਾ ਕੇ ਜ਼ਰੂਰ ਪਾਵਾਂਗੇ ਪਰ ਇਹ ਹੈ ਕਿ ਆਪਾਂ ਇੱਥੇ ਹੁਣ ਜੁੜਦੇ ਆ ਇਹਦੇ ਚ ਇਨਵੋਲ ਜ਼ਰੂਰ ਹੋਣਾ ਕੋਸ਼ਿਸ਼ ਜ਼ਰੂਰ ਕਰਨੀ ਹੈ ਸਾਡੀ ਸਾਰਿਆਂ ਦੀ ਢਿੱਲ ਰਹੀ ਹੈ ਵੀ ਅਸੀਂ ਇਨਵੋਲ ਨਹੀਂ ਹੋਏ ਬਾਣੀ ਨੂੰ ਪੜਿਆ ਨਹੀਂ ਹੈ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹਨਾਂ ਤੇ ਛੱਡਦਾ ਅਸੀਂ ਬਈ ਸਾਨੂੰ ਬਾਣੀ ਪੜ੍ਹ ਕੇ ਸੁਣਾ ਦਿਓ ਸਾਨੂੰ ਹੁਕਮਨਾਮਾ ਸੁਣਾ ਦਿਓ ਸਾਨੂੰ ਮਹੀਨਾ ਸੁਣਾ ਦਿਓ ਸਾਨੂੰ ਆਹ ਪਾਠ ਸੁਣਾ ਦਿਓ ਯਾਂ ਸੀ ਪੈਸੇ ਦੇ ਕੇ ਪਾਠ ਜਿਹੜਾ ਉਹ ਕਰਨੇ ਅਰੰਭ ਕਰਤੇ ਇਹ ਬਿਲਕੁਲ ਹਿੰਦੂਇਜ਼ਮ ਵਾਲੀ ਪ੍ਰਥਾ ਹੈ ਜਿਸ ਚੀਜ਼ ਦੇ ਵਿੱਚੋਂ ਸਾਨੂੰ ਕੱਢਿਆ ਸੀ ਬਾਬੇ ਨਾਨਕ ਨੇ ਅਸੀਂ ਮੁੜ ਕੇ ਉਧਰ ਹੀ ਜਾ ਪਏ ਉਸੇ ਟੋਏ 'ਚ ਜਾ ਪਏ ਬਦਕੇ ਸੋ ਇੱਥੋਂ ਗੱਲ ਆਪਾਂ ਸ਼ੁਰੂ ਕਰਦੇ ਆ ਸੋਧਰ ਤੇਰਾ ਸੋਧਰ ਸੌਰੀ ਸੋਧਰ ਕੇਹਾ ਸੋ ਕਰ ਕੇ ਹਾ ਜਿੱਤ ਬਹਿ ਸਰਬ ਸੰਭਾਲੇ ਇਹ ਅਕਾਲਪੁਰਖ ਤੇਰਾ ਉਹ ਦਰ ਕਿਹਦਾ ਹੈ ਉਹ ਸਰੀਰ ਕਿਹਦਾ ਹੈ ਦਰ ਰਾਰੇ ਨੂੰ ਔਂਕੜ ਹੈ ਇਹ ਕੋਈ ਦਰਵਾਜ਼ਾ ਨਹੀਂ ਹੈ ਵੀ ਬਹੁਤ 45 ਫੁੱਟ ਉੱਚਾ ਕੋਈ ਦਰਵਾਜ਼ਾ ਹੋਊਗਾ ਜਿਹਦੇ ਚੋਂ ਲੰਘ ਕੇ ਅਸੀਂ ਗਾਂ ਅ ਅਕਾਲਪੁਰਖ ਦੇ ਕਰ ਪੋਂਟ ਨੇ ਦਰਵਾਜੇ ਚੋਂ ਕ੍ਰਾਸ ਕਰਕੇ ਬੜੇ ਬੜੇ ਧਿਆਨ ਨਾਲ ਦੇਖਿਓ ਇਹ ਸਾਰਾ ਕੁਝ ਕਿਦਾਂ ਖੁੱਲਣਾ ਹੈ ਇਸ ਇਸ ਬਲੇ ਦੇ ਵਿੱਚ ਇਹ ਕਾਲਪੁਰਖ ਉਹ ਦਰ ਕੈਸਾ ਹੈ ਉਹ ਸਰੀਰ ਕੈਸਾ ਹੈ ਜਿੱਥੇ ਤੇਰੇ ਪ੍ਰਕਾਸ਼ ਉਪਰੰਤ ਪੂਰਨ ਤੌਰ ਤੇ ਮਨ ਦਾ ਟਿਕਾ ਹੋ ਜਾਂਦਾ ਹੈ ਉਸੇ ਟਿਕਾ ਨੂੰ ਸਮਾਲਣ ਦੀ ਅਵਸਥਾ ਕਿਹਾ ਹੈ ਸਮਾਲਣਾ ਇੱਟਕਾ ਦੀ ਅਵਸਥਾ ਹੈ ਇਹ ਲਫ਼ਜ਼ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਦੇ ਵਿੱਚ ਰਿਪੀਟ ਹੋਇਆ ਹੈ ਸਮਾਲੇ ਜਾਂ ਸਮਾਲਣਾ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਹਰ ਰੁੱਖੀ ਰੋਟੀ ਖਾਏ

ਅਕਾਲ ਪੁਰਖ ਦਾ ਉਹ ਦਰ ਕਿਹੋ ਜਿਹਾ ਹੈ ਉਹ ਸਰੀਰ ਕਿਹੋ ਜਿਹਾ ਹੈ ਕਿਉਂਕਿ ਇੱਥੋਂ ਹੀ ਲੰਘ ਕੇ ਜਾਣਾ ਸੀ ਹੋਰ ਕੋਈ ਵਿਧੀ ਨਹੀਂ ਹੈ ਇਹ ਅਸੀਂ ਜਨਮ ਸਾਨੂੰ ਮਿਲਿਆ ਸਰੀਰ ਮਿਲਿਆ ਇਹਦੇ ਵਿੱਚੋਂ ਹੀ ਅਸੀਂ ਐਸੇ ਜਨਮ ਦੇ ਵਿੱਚ ਸਾਡੀ ਵਾਰੀ ਹੈ ਔਰ ਇੱਥੇ ਲੰਘ ਕੇ ਅਸੀਂ ਜਾਣਾ ਅਕਾਲ ਪੁਰਖ ਦੇ ਵਿੱਚ ਸਮਾਉਣਾ ਹੈ ਉਹ ਦਰ ਕਿਹੋ ਜਿਹਾ ਹੈ ਉਹ ਸਰੀਰ ਕਿਹੋ ਜਿਹਾ ਹੈ ਜਿੱਥੇ ਪ੍ਰਕਾਸ਼ ਉਪਰੰਤ ਮੁਕੰਮਲ ਤੌਰ ਤੇ ਮਨ ਦਾ ਟਿਕਾਹ ਹੋ ਜਾਂਦਾ ਹੈ ਉਸੇ ਮਨ ਦੇ ਟਿਕਾਹ ਨੂੰ ਸਮਾਲਨ ਦੀ ਅਵਸਥਾ ਕਿਹਾ ਹੈ ਵਾਜੇ ਨਾਦ ਅਨੇਕ ਅ ਸੰਖਾਂ ਕਿਤੇ ਵਾਵਣ ਹਾਰੇ ਜਿੱਥੇ ਅਨਹਦ ਸ਼ਬਦ ਦੀ ਧੁਨ ਬੇਅੰਤ ਸਾਜ਼ਾਂ ਵਿੱਚ ਵੱਜ ਰਹੀ ਹੈ ਵਾਜੇ ਨਾਦ ਅਨੇਕ ਅਸੰਖ ਜਿੱਥੇ ਅਨਹਦ ਸ਼ਬਦ ਦੀ ਧੁਨ ਬਿਆੰਤ ਸਾਜ਼ਾਂ ਵਿੱਚ ਵੱਜ ਰਹੀ ਹੈ ਤੇ ਬਿਆੰਤ ਵਜੰਤਰੀ ਉਹ ਸਾਜ਼ ਵਜਾ ਰਹੇ ਨੇ ਤੇ ਸਾਰੇ ਸਾਜ਼ਾਂ ਦੀ ਧੁਨ ਇੱਕੋ ਹੀ ਹੈ ਸਾਰੇ ਸਾਜ਼ਾਂ ਦੀ ਧੁਨ ਇੱਕੋ ਹੀ ਹੈ ਇੱਕੋ ਜੀ ਧੁਨ ਕੋਈ ਕਿਸੇ ਸਾਜ ਤੇ ਕੋਈ ਕਿਸੇ ਸਾਜ ਤੇ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ ਇਹ ਬੜਾ ਇਹਨੂੰ ਮਿਹਨਤ ਲੱਗਣੀ ਹੈ ਇਹਨੂੰ ਸਮਝਣ ਵਿੱਚ ਵੀ ਸੁਣਨ ਵਿੱਚ ਵੀ ਔਰ ਇਹਨੂੰ ਇਹਦੀ ਖੋਜ ਕਰਨ ਵਿੱਚ ਵੀ ਮੈਂ ਬਿਲਕੁਲ ਹੁਣ ਕੋਈ ਵਿੱਚ ਹੋਰ ਸ਼ਬਦ ਐਕਸਪਲੇਨ ਕਰਨਾ ਨਹੀਂ ਸ਼ੁਰੂ ਕਰ ਰਿਹਾ ਸਾਰਾ ਧਿਆਨ ਜਿਹੜਾ ਉਹ ਐਸ ਪਦੇ ਤੇ ਕੇਂਦਰਿਤ ਹੈ ਔਰ ਮੈਨੂੰ ਕੋਸ਼ਿਸ਼ ਕਰਨੀ ਹੈ ਸੋਚਿਆ ਸੀ ਕਿ ਇਹ ਪਦਾ ਅੱਜ ਪੂਰਾ ਕਰਾਂਗੇ ਮੈਂ ਫੇਰ ਉਹ ਦੋ ਲਾਈਨਾਂ ਰਿਪੀਟ ਕਰਦਾ ਸੋ ਦਰ ਕਿਹਾ ਸੋ ਕਰ ਕੇਹਾ ਜਿਤ ਬੈ ਸਰਬ ਸੰਭਾਲੇ ਬੰਦੇ ਨੇ ਐਸ ਸਰੀਰ ਨੂੰ ਜਨਮ ਪਦਾਰਥ ਜਿਹੜਾ ਮਿਲਿਆ ਸਰੀਰ ਨਾਲ ਐਸੇ ਸਰੀਰ ਦੇ ਹੁੰਦਿਆਂ ਹੋਇਆ ਅਸੀਂ ਸ਼ਬਦ ਦੇ ਅਭਿਆਸ ਦੇ ਨਾਲ ਪਰਮਾਤਮਾ ਦੇ ਪ੍ਰਕਾਸ਼ ਤੱਕ ਪਹੁੰਚਣਾ। ਸੋ ਦਰ ਤੇ ਘਰ ਉਹ ਰੱਬ ਦਾ ਘਰ ਕਿਹਸਾ ਹੈ? ਕਿਹਸਾ ਬਚਿੱਤਰ ਹੈ? ਇੱਕ ਅਵਸਥਾ ਤੇ ਜਾ ਕੇ ਜਦੋਂ ਮਨ ਪੂਰਨ ਤੌਰ ਤੇ ਟਿਕ ਜਾਂਦਾ ਹੈ ਇਹੋ ਲੱਗਦਾ ਕਿ ਸਾਰੀ ਪ੍ਰਕਿਰਤੀ ਹੀ ਨਾਮ ਅਭਿਆਸ ਕਰ ਰਹੀ ਹੈ। ਮੁਕੰਮਲ ਤੌਰ ਤੇ ਮਨ ਦਾ ਟਿਕਾਹ। ਇਹ ਹੀ ਸਮਾਲਣ ਦੀ ਅਵਸਥਾ ਹੈ। ਵਾਜ ਜੀ ਨਾਦ ਅਨੇਕ ਸੰਖਾ ਔਰ ਦੇਖੋ ఆర్ਕੇਸਟਰਾ, ఆర్ਕੇਸਟਰਾ ਕਿਹਦਾ ਵਜ ਰਿਹਾ ਹੈ ਜਿੱਥੇ ਅਨਹਦ ਸ਼ਬਦ ਦੀ ਧੁਨ ਬਿਆਨਤ ਸਾਜ਼ਾਂ ਵਿੱਚ ਵੱਜ ਰਹੀ ਹੈ। ਬੇਅੰਤ ਵਜੰਤਰੀਓ ਸਾਜ਼ ਵਜਾ ਰਹੇ ਨੇ ਔਰ ਸਾਰੇ ਸਾਜ਼ਾਂ ਦੀ ਧੁਨ ਇੱਕੋ ਹੀ ਹੈ ਕੋਈ ਰੱਤਾ ਜਿੰਨਾ ਫਰਕ ਨਹੀਂ ਹੈ ਕਿਤੇ ਰਾਗ ਪਰਿ ਸਿਉ ਕਹੀਨ ਕਿਤੇ ਗਾਵਣ ਹਾਰੇ ਕਿੰਨੇ ਹੀ ਰਾਗ ਰਗਣੀਆਂ ਵਿੱਚ ਸ਼ਬਦ ਦੀ ਧੁਨ ਅਲਾਪੀ ਜਾ ਰਹੀ ਹੈ ਤੇ ਬੇਅੰਤ ਜੀਵ ਤੇਰਾ ਜਾਪ ਰਾਗਾਂ ਵਿੱਚ ਹੀ ਕਰ ਰਹੇ ਨੇ ਇਹ ਕੋਈ ਭੁਲੇਖਾ ਨਾ ਰਹੇ ਜੇ ਕੋਈ ਭੁਲੇਖਾ ਨਾ ਰਹੇ ਇਹ ਸ਼ਬਦ ਦੀ ਧੁਨੀ ਦੀ ਹੀ ਗੱਲ ਹੈ ਜਿੰਨੇ ਸਾਜ਼ ਵੱਜ ਰਹੇ ਨੇ ਉਹਨਾਂ ਦੀ ਧੁਨੀ ਦੀ ਹੀ ਗੱਲ ਹੈ ਕੇਤੇ ਰਾਗ ਪਰਿ ਸਿਓ ਕਹੀਅੰ ਜਿੰਨੇ ਜਿੰਨੇ ਵੀ ਰਾਗ ਰਾਗਣੀਆਂ ਨੇ ਇੰਨਾ ਵੱਡਾ ਉਹ ਅਨਹਦ ਧੁਨ ਜਿਹੜੀ ਹੈ ਐਨਾ ਵੱਡਾ ਉਹਦਾ ਘੇਰਾ ਹੈ ਕਿ ਕੋਈ ਰਾਗ ਉਸ ਘੇਰੇ ਤੋਂ ਬਾਹਰ ਨਹੀਂ ਹੈ ਕੋਈ ਰਾਗ ਐਸਾ ਨਹੀਂ ਹੈ ਜਿਹੜਾ ਉਸ ਘੇਰੇ ਵਿੱਚ ਨਹੀਂ ਵੱਜਦਾ ਅਸੀਂ ਉਹ ਰਾਗਾਂ ਪਿੱਛੇ ਪਏ ਆ ਤੇ ਜਿਹੜਾ ਜਿਹੜਾ ਇੱਕ ਸ਼ਬਦ ਦਾ ਰਾਗ ਹੈ ਅਸੀਂ ਉਹ ਛੱਡ ਦਿੱਤਾ ਸੋ ਭਾਵ ਕੀ ਹੈ ਕਹਿਣ ਦਾ ਕਿ ਵਜਾਏ ਉਧਰ ਨੂੰ ਜਾਣਦੇ ਅਸੀਂ ਇੱਕੋ ਰਾਗ ਐਸਾ ਫੜੀਏ ਜਿਦੇ ਵਿੱਚ ਸਾਰੇ ਰਾਗ ਰਾਗਣੀਆਂ ਪ੍ਰੈਜ਼ੈਂਟ ਹੋ ਸਾਨੂੰ ਮਿਲ ਜਾਣ ਕੇਤੇ ਰਾਗ ਪਰਿ ਸਿਉ ਕਹੀ ਅਨਕੇਤੇ ਗਾਵਣ ਹਾਰੇ ਕਿੰਨੇ ਰਾਗ ਰਾਗਣੀਆਂ ਵਿੱਚ ਸ਼ਬਦ ਦੀ ਧੁਨ ਅਲਾਪੀ ਜਾ ਰਹੀ ਹੈ ਤੇ ਬਯੰਤ ਜੀਵ ਸ਼ਬਦ ਦਾ ਜਾਪ ਉਸ ਅਕਾਲ ਪੁਰਖ ਦੇ ਨਾਮ ਦਾ ਜਾਪ ਰਾਗਾਂ ਵਿੱਚ ਹੀ ਕਰ ਰਹੇ ਨੇ ਗਾਵੇ ਤਹੁ ਨੂੰ ਪੌਣ ਪਾਣੀ ਬੈਸੰਤਰ गावै राजा धर्मद्वारे हे प्रभु हे कालपुरुष तेरी सेवा तेरी भक्ति तेरा भजन तेरी इबादत हवा पानी ते अग्नि रूपी देवते भी कर रहे ने ते तेरे द्वारे बैठा धर्मराज भी तेरा ही जाप कर रहा है गावै तहुनो पौण पानी वसंतर ਗਾਵੇ ਰਾਜਾ ਧਰਮਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਚਿੱਤਰ ਗੁਪਤ ਧਰਮ ਰਾਜ ਦੇ ਅਸਿਸਟੈਂਟ ਅਸਿਸਟੈਂਟ ਪੰਜਾਬੀ ਦਾ ਬੜਾ ਟਿਪੀਕਲ ਲਫ਼ਜ਼ ਹੈ ਮੁਣਚੀ ਕਹਿੰਦੇ ਮੁਣਚੀ ਚਿੱਤਰ ਗੁਪਤ ਧਰਮ ਰਾਜ ਦੇ ਜੋ ਸਹਾਇਕ ਨੇ ਜੀਵਾ ਦਾ ਕਰਮਲੇਖਾ ਲਿਖਣਾ ਜਾਣਦੇ ਨੇ ਤੇ ਫੇਰ ਉਸ ਕਰਮਲੇਖੇ ਤੇ ਧਰਮਰਾਜ ਹੀ ਨਿਰਣਾ ਕਰਦਾ ਹੈ ਗਾਵ ਹੈ ਚਿੱਤ ਗੁਪਤ ਲਿਖ ਜਾਣਾ ਜਾਣਦੇ ਆ ਉਹ ਸਾਰਾ ਕਿਦਾਂ ਲਿਖਣਾ ਲਿਖ ਲਿਖ ਧਰਮ ਵਿਚਾਰੇ ਤੇ ਉਹ ਜਿਹੜਾ ਲੇਖਾ ਲਿਖਿਆ ਉਦੇਤੇ ਧਰਮਰਾਜ ਹੀ ਨਿਰਣਾ ਕਰਦਾ ਹੈ ਗਾਵੇ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਤੇਰੇ ਸਾਜੇ ਸਵਾਰੇ ਸ਼ਿਵ ਬ੍ਰਹਮ ਦੇਵੀ ਦੇਵਤੇ ਵੀ ਤੇਰੀ ਹੀ ਬੰਦਗੀ ਕਰ ਰਹੇ ਨੇ ਤੇਰੀ ਹੀ ਬੰਦਗੀ ਕਰਦੇ ਨੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇਂ ਇੰਦ ਅਦਾਸਨ ਬੈਠੇ ਦੇਵਤਿਆਂ ਦਰ ਨਾਲੇ ਇੰਦਰ ਤੇ ਇੰਦਰ ਵਰਗੇ ਹੋਰ ਸਭ ਤੇਰੇ ਦਰ ਤੇ ਤੇਰੀ ਹੀ ਬੰਦਗੀ ਕਰ ਰਹੇ ਨੇ ਤੇਰੀ ਹੀ ਸੇਵਾ ਕਰ ਰਹੇ ਨੇ ਤੇਰਾ ਹੀ ਭਜਨ ਕਰ ਰਹੇ ਨੇ ਗਾਵੇਂ ਇੰਦ ਅਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਵਨ ਸਾਧ ਵਿਚਾਰੇ ਜਿਹੜੇ yogੀਆਂ ਨੇ ਸਿੱਧੀ ਪ੍ਰਾਪਤ ਕੀਤੀ ਹੈ ਧਿਆਨ ਵਿੱਚ ਮਗਨ ਤੇ ਜਿਹੜੇ ਸਾਧਕ ਸਾਧਨਾ ਕਰਨ ਵਾਲੇ ਤੇਰਾ ਹੀ ਜਾਪ ਕਰ ਰਹੇ ਨੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਇਥੇ ਸਾਧਨਾ ਹੈ ਸਾਧ ਜਿਹੜਾ ਗਾਵਨ ਸਾਧ ਵਿਚਾਰੇ ਇਥੇ ਸਾਧਨਾ ਹੀ ਸਾਧਨਾ ਕਰਨ ਵਾਲੇ ਸਾਧ ਜਿਹੜੇ ਸਾਧਨਾ ਕਰ ਰਹੇ ਨੇ ਸਿੱਧੀ ਪ੍ਰਾਪਤ ਜੋਗੀ ਧਿਆਨ ਵਿੱਚ ਮਗਨ ਤੇ ਸਾਧਕ ਸਾਧਨਾ ਕਰਨ ਵਾਲੇ ਤੇਰਾ ਹੀ ਜਾਪ ਕਰ ਰਹੇ ਨੇ ਤੇਰੀ ਹੀ ਬੰਦਗੀ ਕਰ ਰਹੇ ਨੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਅਣਗਿਣਤ ਬ੍ਰਹਮਚਾਰੀ ਸੰਤੋਖੀ ਤੇਰੀ ਹੀ ਬੰਦਗੀ ਕਰਦੇ ਨੇ ਜਿਨ੍ਹਾਂ ਨੇ ਨਾਮ ਦੀ ਕਮਾਈ ਦੇ ਨਾਲ ਆਪਣੇ ਮਨ ਨੂੰ ਜਿੱਤਿਆ ਮਨ ਤੇ ਕਾਬੂ ਪਾਇਆ ਪੰਜਾਂ ਤੇ ਕਾਬੂ ਪਾਇਆ ਉਹੀ ਲੜਾਕੇ ਵੀਰ ਕਹਾਉਂਦੇ ਨੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਵੀਰ ਇੱਥੇ ਭਰਾ ਨਹੀਂ ਹੈ ਵੀਰ ਜਿਹੜਾ ਬੰਦਾ ਰਣ ਭੂਮੀ ਦੇ ਵਿੱਚ ਲੜਨ ਵਾਲਾ ਉਹਨੂੰ ਵੀ ਵੀਰ ਕਹਿ ਦਿੰਦੇ ਆ ਯੋਧਾ ਅਣਗਿਣਤ ਬ੍ਰਹਮਚਾਰੀ ਸੰਤੋਖੀ गावਨ ਜਤੀ ਸਤੀ ਸੰਤੋਖੀ ਤੇਰੀ ਹੀ ਬੰਦਗੀ ਕਰ ਰਹੇ ਆ ਗਾਵੇ ਵੀਰ ਕਰਾਰੇ ਔਰ ਜਿਨ੍ਹਾਂ ਨੇ ਨਾਮ ਦੀ ਕਮਾਈ ਕਰ ਕਰਕੇ ਨਾਮ ਦਾ ਅਭਿਆਸ ਕਰ ਕਰਕੇ ਆਪਣੇ ਮਨ ਨੂੰ ਜਿੱਤ ਲਿਆ ਪੰਜਾਂ ਨੂੰ ਜਿੱਤ ਲਿਆ ਉਹ ਹੀ ਯੋਧੇ ਵੀਰ ਕਹਾਉਂਦੇ ਨੇ ਗਾਵਨ ਪੰਡਤ ਪੜਨ ਰਖੀਸਰ ਜੁਗ-ਜੁਗ ਵੇਦਾਂ ਨਾਲੇ ਪੰਡਤ ऋषि मुनि जो युगों जुगान, युगअंतरातों तो वेदों ਦਾ ਪਾਠ ਕਰ ਰਹੇ ਹੈ ਵੇਦਾਂ ਤੋਂ ਸਿੱਖਿਆ ਲੈ ਰਹੇ ਹੈ ਉਹ ਨਾਮ ਹੀ ਜਪਦੇ ਨੇ ਕਿਉਂਕਿ ਵੇਦਾਂ ਵਿੱਚ ਨਾਮ ਨੂੰ ਹੀ ਉੱਤਮ ਕਿਹਾ ਗਿਆ ਹੈ ਵੇਦਾਂ ਮੈਂ ਨਾਮ ਉੱਤਮ ਪਰ ਸਾਡਾ ਸੁਭਾਅ ਕੀ ਹੈ ਸੋ ਸੁਣੇ ਨਾ ਹੀ ਫਿਰ ਇਹ ਜਿਉ ਬੇਤਾਲ ਲਿਆ ਅਸੀਂ ਕਿਸੇ ਤਾਲ ਜੀ ਨਹੀਂ ਹੈਗੇ ਬੇਤਾਲ ਬੇਤਾਲ ਜਿਹੜਾ ਇੱਕ حیਵਾਨ ਨੂੰ ਵੀ ਕਹਿ ਦਿੰਦੇ ਹੈ ਉਹ ਹੁੰਦਾ ਜਿਹੜਾ ਨਾਰਮਲ ਸਟ੍ਰੀਮ ਦੇ ਨਾਲੋਂ ਵੱਖਰਾ ਹੋਵੇ ਬੇਤਾਲਾ ਹੋਵੇ ਬੇਤਾਲ ਪੰਡਤ ॠषि मुनि ਜੋ ਯੁੱਗਾਂ ਜੁਗਾਂਤਰਾਂ ਤੋਂ ਵੇਦਾਂ ਤੋਂ ਸਿੱਖਿਆ ਲੈ ਰਹੇ ਆ ਸਿੱਖਿਆ ਲੈ ਕੇ ਉਹ ਨਾਮ ਦਾ ਅਭਿਆਸ ਕਰ ਰਹੇ ਆ ਕਿਉਂਕਿ ਵੇਦਾਂ ਵਿੱਚ ਨਾਮ ਨੂੰ ਹੀ ਉੱਤਮ ਕਿਹਾ ਗਿਆ ਗਾਵਨ ਪੰਡਤ ਪੜਨਰ ਖੀਸਰ ਜੁਗ-ਜੁਗ ਵੇਦਾਂ ਨਾਲ ਗਾਵੇ ਮੋਣੀਆਂ ਮਨਮੋਹਨ ਸੁਰਗਾ ਵਿੱਚ ਪਿਆਲੇ ਸੁਰਗਾ ਪੁਰੀਆਂ ਮਾਤ ਲੋਕ ਪਤਾਲ ਪੁਰੀ ਦੇ ਵਿੱਚ ਜਿਹੜੀਆਂ ਜੀਵ ਆਤਮਾ ਪਹੁੰਚੀਆਂ ਨੇ ਉਹ ਮਨ ਨੂੰ ਮੋਹ ਲੈਂਦੀਆਂ ਨੇ ਤੇਰਾ ਹੀ ਜਾਪ ਕਰ ਰਹੀਆਂ ਨੇ ਗਾਵੇ ਮੋਣੀਆਂ ਮਨਮੋਹਣ ਇਹ ਕੋਈ ਵੱਖਰੀਆਂ ਹੋਰ ਪਰੀਆਂ ਨਹੀਂ ਐ ਜਿੱਦਾਂ ਆ ਮੁਸਲਮਾਨੀ ਧਰਮ ਦੇ ਵਿੱਚ ਦੱਸਦੇ ਆ ਵੀ ਆਹ ਕਰੋ ਤੇ ਉੱਥੇ ਹੋਰ ਪਰੀਆਂ ਤੁਹਾਡੀ ਸੇਵਾ 'ਚ ਹਾਜ਼ਰ ਹੋਣਗੀਆਂ ਉਹ ਚੀਜ਼ ਨਹੀਂ ਐ ਇਹ ਮੋਣੀਆਂ ਜੋ ਜੀਵਾਤਮਾ ਜੀਵਾਤਮਾ ਵਾਂ ਨਾਮ ਜਪ ਕੇ ਸੁਰਗਾਂ ਪੁਰੀਆਂ ਮਾਤ ਲੋਕ ਪਤਾਲ ਪੁਰੀਆਂ ਦੇ ਵਿੱਚ ਜੋ ਜੀਵ ਆਤਮਾਾਂਾਂ ਸੱਜੀਆਂ ਨੇ ਪਹੁੰਚੀਆਂ ਨੇ ਉਹ ਮਨ ਨੂੰ ਮੋਹ ਲੈਂਦੀਆਂ ਨੇ ਜੋ ਤੇਰਾ ਜਾਪ ਕਰ ਰਹੀਆਂ ਨੇ ਤੇ ਦੇਖੋ ਜੋ ਚੀਜ਼ਾਂ ਦੁਨਿਆਵੀ ਮਾਇਆ ਨਾਲ ਰਿਲੇਟਿਡ ਨੇ ਉਹ ਤੇ ਡਿਸਟਰੈਕਟ ਕਰਨਗੀਆਂ ਹੂਰ ਪਰੀਆਂ ਇੱਥੇ ਕੋਈ ਹੂਰ ਪਰੀਆਂ ਨਾਲ ਆਪਣਾ ਜੀਵਨ ਬਤੀਤ ਕਰੇ ਪ੍ਰੈਕਟੀਕਲ ਲਾਈਫ ਦੇ ਵਿੱਚ ਆਪਾਂ ਉਹਨੂੰ ਗੰਦੀ ਤੋਂ ਗੰਦੀ ਉਪਾਦੀ ਦਵਾਂਗੇ ਉਹੀ ਚੀਜ਼ਾਂ ਅਗਾਹ ਜਾ ਕੇ ਜੇ ਆਪਾਂ ਜੋੜੀਏ ਤਰਸ ਅ ਸੁਰਗ ਦੇ ਵਿੱਚ ਉਹਨਾਂ ਨੂੰ ਬਣਾਈਏ ਵੀ ਮੋਹਣੀਆਂ ਮਨਮੋਹਣੀਆਂ ਪਰੀਆਂ ਬੈਠੀਆਂ ਨੇ ਉਹ ਗੱਲ ਸੁਭਾ ਦੇਗੀ ਕੋਈ ਕੈਸੀਆਂ ਕੈਸੀਆਂ ਗੱਲਾਂ ਸਾਨੂੰ ਦਰੜਾ ਦਿੱਤੀਆਂ ਨੇ ਇਹ ਜਿਹੜੀਆਂ ਮੋਹਣੀਆਂ ਨੇ ਇਹ ਜੀਵਾਤਮਾਵਾਂ ਨੇ ਜਿਹੜੀਆਂ ਨਾਮ ਅਭਿਆਸ ਕਰਕੇ ਕਿਸੇ ਮੁਕਾਮ ਤੇ ਪਹੁੰਚੀਆਂ ਨੇ ਹੁਣ ਦੂਜੇ ਪਾਸੇ ਜੋ ਚੀਜ਼ਾਂ ਦੁਨਿਆਵੀ ਮਾਇਆ ਨਾਲ ਰਿਲੇਟਡ ਨੇ ਉਹ ਡਿਸਟਰੈਕਟ ਕਰਨਗੀਆਂ ਸਾਡੇ ਮਨ ਨੂੰ ਇਸ ਕਰਕੇ ਜਿਹੜਾ ਜਿਹੜਾ ਕਹਿ ਦਿੰਦੇ ਸੁੰਦਰ ਇਸਤਰੀਆਂ ਨੋ ਇਹ ਸੁੰਦਰ ਇਸਤਰੀਆਂ ਨਹੀਂ ਹੈ ਇਹ ਜੀਵਾਤਮਾਵਾਂ ਨੇ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਇਸ ਖਲਜਗਣ ਚੋਂ ਅਸੀਂ ਇਸ ਮਨ ਮਨੋਤੀ ਚੋਂ ਬਾਹਰ ਆਉਣਾ ਮੋਣੀਆਂ ਤੋਂ ਭਾਵ ਜੋ ਜੀਵਾਤਮਾਵਾਂ ਉਸ ਅਵਸਥਾ ਚ ਪਹੁੰਚ ਚੁੱਕੀਆਂ ਨੇ ਕੇਵਲ ਤੇ ਕੇਵਲ ਨਾਮ ਅਭਿਆਸ ਦੇ ਨਾਲ ਜਿਹੜਾ ਗਾਵੇ ਗਾਵੇ ਹੈ ਗੁਣ ਗਾ ਗਾ ਕੇ ਅਕਾਲ ਪੁਰਖ ਦੇ ਸ਼ਬਦ ਨੂੰ ਗਾ ਗਾ ਕੇ ਜਿਹੜਾ ਉਹ ਸਭ ਤੋਂ ਉੱਤਮ ਰਾਗ ਜਿਹੜਾ ਜ਼ਿਕਰ ਕੀਤਾ ਗਿਆ ਉਹ ਉਹ ਉਹਨੂੰ ਗਾ ਗਾ ਕੇ ਭਾਵ ਉਹਦੀ ਭਗਤੀ ਕਰ ਕਰਕੇ ਮੇਰਾ ਖਿਆਲ ਮੈਂ ਅ ਆਪ ਜੀ ਕੈਚ ਕਰ ਰਹੇ ਹੋ ਮੇਰੀ ਗੱਲ ਨੂੰ ਆਪਾਂ ਬਾਅਦ ਚ ਵੀ ਇਸ ਚੀਜ਼ ਤੇ ਵਿਚਾਰ ਕਰਾਂਗੇ ਕਿਸੇ ਦਾ ਕੋਈ ਸਵਾਲ ਹੋਵੇ ਆਪਾਂ ਜ਼ਰੂਰ ਉਹਨੂੰ ਟਾਈਮ ਦਵਾਂਗੇ ਪਰ ਮੇਰਾ ਅੱਜ ਮਕਸਦ ਹੈ ਕਿ ਆਪਾਂ ਇਹ ਜਿਹੜਾ ਪਤਾ ਹੈ ਆਪਾਂ ਇਹ ਪੂਰਾ ਵਿਚਾਰ ਲੀਏ ਸੋ ਮੋਨੀਆਂ ਕੋਈ ਇਹ ਸੁਰਗਾ ਦੀਆਂ ਸਪੈਸ਼ਲ ਪਰੀਆਂ ਇਸਤਰੀਆਂ ਨਹੀਂ ਹੈ ਸੁੰਦਰ ਇਸਤਰੀਆਂ ਨਹੀਂ ਹੈ ਇਹ ਜੀਵ ਆਤਮਾ ਵਾਂ ਹੀ ਨੇ ਗਾਵੇ ਮੋਨੀਆਂ ਮਨਮੋਹਣ ਸੁਰਗਾ ਮਛਪਿਆਲੇ ਉਹਨਾਂ ਦੀ ਅਵਸਥਾ ਐਸੀ ਹੈ ਉਹਨਾਂ ਦੀ ਦਿੱਖ ਐਸੀ ਹੈ ਉਹਨਾਂ ਦਾ ਉਹਨਾਂ ਦਾ ਸੁਭਾਅ ਉਹ ਐਸਾ ਹੈ ਉਹ ਮਨ ਨੂੰ ਮੋਹ ਲੈਂਦਾ ਜੀਵ ਇਸਤਰੀਆਂ ਦੀ ਗੱਲ ਹੋ ਰਹੀ ਹੈ ਜੋ ਇਬਾਦਤ ਕਰਕੇ ਬੰਦਗੀ ਕਰਕੇ ਭਜਨ ਕਰਕੇ ਉਸ ਅਵਸਥਾ ਤੱਕ ਪਹੁੰਚੀਆਂ ਨੇ ਜਿਹੜੀ ਅਵਸਥਾ ਦਾ ਸ਼ੁਰੂ ਚ ਜ਼ਿਕਰ ਕੀਤਾ ਕਿ ਮਨ ਨੂੰ ਖੜਾ ਕੀਤਾ ਹੈ ਮਨ ਦੇ ਵਿਚਾਰ ਮਾਰੇ ਨੇ ਸਹਿਜ ਵਿੱਚ ਆਈਆਂ ਨੇ ਸਮਾਲਨ ਦੀ ਅਵਸਥਾ ਦੇ ਵਿੱਚ ਆਈਆਂ ਨੇ ਹਾਂਜੀ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਜੋ ਵੀ ਉੱਚੀ ਬਿਰਤੀ ਵਾਲੇ ਅਕਾਲ ਪੁਰਖ ਦੇ ਨਾਮ ਦੀ ਬੰਦਗੀ ਕਰਦੇ ਨੇ ਉਹਨਾਂ ਅੰਦਰ ਨਾਮ ਰਤਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ 860 ਤੇ 8 60 8 8 60 68 ਤੀਰਥ ਉਹਨਾਂ ਦੇ ਅੰਦਰ ਹੀ ਖੁੱਲ ਜਾਂਦੇ ਨੇ ਉਹਨਾਂ ਨੂੰ ਫਿਰ ਕਿਤੇ ਬਾਹਰ तीर्थ यात्रा ਦੀ ਲੋੜ ਨਹੀਂ ਪੈਂਦੀ ਉਹਨਾਂ ਦੀ ਫਿਰ ਸਫਲ 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 ਭਈ ਯਾਤਰਾ ਇਹ ਸਾਡੀ ਇੱਕ ਯਾਤਰਾ ਹੈ ਅਸੀਂ ਇਹ ਜਨਮ ਮਰਨ ਦੇ ਗੇੜਾਂ ਔਰ ਅਸੀਂ ਇਹ ਯਾਤਰਾ ਸਫਲ ਕਰਕੇ ਜਾਣੀ ਹੈ 68 ਤੀਰਥ ਐਸ શરીર ਦੇ ਅੰਦਰ ਹੀ ਖੁੱਲ ਜਾਂਦੇ ਨੇ ਇਸੇ ਕਰਕੇ ਇਹ ਨੂੰ ਅਕਾਲ ਪੁਰਖ ਦਾ ਘਰ ਕਿਹਾ ਹੈ ਸੋਧਾਰ ਸੋ ਘਰ ਇੰਨਾ ਵੱਡਾ ਇਹ ਧਾਰ ਹੈ ਇੰਨਾ ਵੱਡਾ ਇਹ ਘਰ ਹੈ ਔਰ ਜੋ ਵੀ ਬੰਦਗੀ ਕਰਕੇ ਉਸ ਨਾਮ ਰਤਨ ਦੇ ਪ੍ਰਕਾਸ਼ ਤੱਕ ਪਹੁੰਚਦੇ ਨੇ ਇਹ 60 ਤੇ 8 68 ਧੀਰਥ ਉਹਨਾਂ ਦੇ ਅੰਦਰ ਖੁੱਲ ਜਾਂਦੇ ਆ ਗਾਵ ਹੈ ਜੋਦ ਮਹਾਬਲ ਸੂਰਾ ਗਾਹੇ ਖਾਣੇ ਚਾਰੇ ਜੋਦੇ ਮਹਾਬਲੀ ਉਹ ਨੇ ਜੋ ਜਪਦੇ ਨੇ ਪਿੱਛੇ 20 ਲਫ਼ਜ਼ ਆਇਆ ਸੀ ਜੋਦੇ ਮਹਾਬਲੀ ਉਹ ਨੇ ਜੋ ਇਬਾਦਤ ਕਰਦੇ ਨੇ ਭਜਨ ਕਰਦੇ ਨੇ ਪੰਜਾਂ ਤੋਂ ਮੁਕਤ ਹੋ ਜਾਂਦੇ ਐ ਮਾਇਆ ਦੇ ਗੇੜ ਚੋਂ ਲਾਂਬੇ ਹੋ ਜਾਂਦੇ ਐ ਚਾਰੇ ਖਾਣੀਆਂ ਅੰਡਜ ਜੇਰਜ ਸਿਤਜ ਉਤਪੁਜ ਚਾਰੇ ਖਾਣੀਆਂ ਦੇ ਜੀਵ ਵੀ ਉਸ ਅਕਾਲ ਪੁਰਖ ਦੇ ਭਾਣੇ ਅੰਦਰ ਉਸ ਅਕਾਲ ਪੁਰਖ ਦਾ ਹੀ ਜਾਪ ਕਰਦੇ ਨੇ ਵਾਹਿਗੁਰੂ 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 ਵਾਹ ਗੁਰੂ ਜਿੰਮੇਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ ਕੋਈ ਵਿਰਲਾ ਹੀ ਐਸਾ ਬਲਵਾਨ ਹੈ ਜਿਨੇ ਇਬਾਦਤ ਦੇ ਨਾਲ ਭਜਨ ਬੰਦਗੀ ਦੇ ਨਾਲ ਕਾਮਾਦਕ ਸਾਰੇ ਪੰਜਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ ਜਿੱਤ ਲਿਆ ਹੋਵੇ ਜਿੰਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ ਇਹ ਹੈ ਜੋਦਾ ਇਹ ਹੈ ਮਹਾਬਲੀ ਜਿਨ੍ਹਾਂ ਨੇ ਪੰਜਾਂ ਨੂੰ ਕਾਬੂ ਕਰ ਲਿਆ ਪੰਜਾਂ ਤੇ ਜਿੱਤ ਪ੍ਰਾਪਤ ਕਰ ਲਈ ਹੈ ਗਾਵੇ ਖਾਣੀ ਚਾਲੀ ਚਾਰੇ ਖਾਣੀਆਂ ਅੰਦਜ ਜੇਜ ਸਿੱਤਜ ਉਤਪੋਜ ਜਿੰਨੇ ਵੀ ਜੀਵ ਨੇ ਉਹ ਉਸ ਪ੍ਰਮਾਤਮਾ ਦਾ ਜਾਪ ਕਰ ਰਹੇ ਨੇ ਨਾਮ ਦਾ ਜਾਪ ਕਰ ਰਹੇ ਨੇ ਉਹ ਸੁਣਾ ਸ਼ਬਦ ਹੈ ਜਨਮ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਕ ਕਲੀਰੇ ਜਗਤ ਵਿੱਚ ਉਹ ਮਨੁੱਖ ਪੂਰਨ ਹੈ ਜਿਨੇ ਇਹਨਾਂ ਪੰਜਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਹੈ ਲੀਰਾ ਲੀਰਾ ਕਰ ਦਿੱਤਾ ਹੈ ਬਿਦਾਰ ਬਿਦਾਰ ਕਹਿੰਦੇ ਐ ਪਾਰ ਸੁਟਿਆ ਜਨਮੇਲ ਮਾਰੇ ਜਨਮਿਲ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਕਲੀ ਰਹੇ ਇਸ ਜਗਤ ਵਿੱਚ ਕਲਿ ਯੁੱਗ ਤੇ ਜਗਤ ਸੋ ਇਹ ਭਲੇਖਾ ਨਹੀਂ ਖਾਣਾ ਜੋਧਾ ਮਹਾਬਲੀ ਮੋਸਟਲੀ ਜਿੱਥੇ ਵੀ ਆਵੇ ਉੱਥੇ ਕੋਈ ਬਰਛਾ ਚੁੱਕ ਕੇ ਲੋਕਾਂ ਨੂੰ ਕਤਲ ਕਰਨ ਵਾਲਾ ਨਹੀਂ ਹੈ ਜੋਧਾ ਮਹਾਬਲੀ ਉਹ ਹੈ ਜਿਨੇ ਪੰਜਾਂ ਤੇ ਕਾਬੂ ਪਾ ਲਿਆ ਮਨ ਨੂੰ ਖੜਾ ਕਰ ਲਿਆ ਸਹਿਜ ਵਿੱਚ ਆ ਗਿਆ ਔਰ ਅਸਲ ਮੁਕਾਬਲਾ ਉਹਨੇ ਉਹ ਪੰਜਾਂ ਨਾਲ ਕੀਤਾ ਲੜ ਕੇ ਔਰ ਉਹਨਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਉਹ ਜੋਧਾ ਮਹਾਂਮਲੀ ਨਾਮ ਦਿੱਤਾ ਹੈ ਗਾਹ ਹੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਤੇਰੇ ਰਚੇ ਹੋਏ ਬ੍ਰਹਿਮੰਡ ਵਿੱਚ ਅਨੇਕਾ ਖੰਡ ਮੰਡਲ ਨੇ ਜਿੱਥੇ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ ਗਾਵੇ ਖੰਡ ਮੰਡਲ ਵਰਪੰਡਾ ਵਰਪੰਡਾ ਲਫ਼ਜ਼ ਇੱਥੇ ਆਇਆ ਹੈ ਇਹ ਕੀ ਹੈ ਗਾਵੇ ਖੰਡ ਮੰਡਲ ਵਰਪੰਡਾ ਵਰਪੰਡਾ ਵਰਪੰਡ ਜਿਹੜਾ ਲਫ਼ਜ਼ ਹੈ ਇਹਦਾ ਮਤਲਬ ਹੈ ਤਾਰਿਆਂ ਦਾ ਬੜਨਾ ਔਰ ਟੁੱਟਣਾ ਉਸ ਵਾਸਤੇ ਲਫ਼ਜ਼ ਵਰਪੰਡ ਵਰਤਿਆ ਗਿਆ ਹੈ ਗਾਵ ਹੈ ਖੰਡ ਮੰਡ ਵਰਪੰਡਾ ਕਰ ਕਰ ਰੱਖੇ ਤਾਰੇ ਤੇਰੇ ਰੱਚੇ ਹੋਏ ਬ੍ਰਹਿਮੰਡ ਵਿੱਚ ਅਨੇਕਾਂ ਹੀ ਖੰਡ ਮੰਡਲ ਨੇ ਜਿੱਥੇ ਤੇਰਾ ਨਾਮ ਜਪਿਆ ਜਾ ਰਿਹਾ ਹੈ ਸੇਈ ਤੁਧਨੋ ਗਾਵਹਿ ਜੋ ਤੁਧ ਪਾਵਨ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਤੇਰੇ ਭਗਤ ਤੇਰੇ ਨਾਮ ਰਸ ਦੇ ਨਾਲ ਰੱਤੇ ਪਏ ਨੇ ਤੇਰੇ ਭਾਣੇ ਵਿੱਚ ਰਹਿ ਕੇ ਤੇਰੀ ਇਬਾਦਤ ਕਰ ਰਹੇ ਨੇ ਕਰਦੇ ਨੇ ਸੇਤੂ ਤੁਧ ਨੰਗਵ ਹੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਉਹਦਾ ਭਾਣਾ ਉਹਦਾ ਗੁਰਪ੍ਰਸਾਦ ਉਹਦੀ ਕਿਰਪਾ ਉਹਨੂੰ ਕੀ ਪਾਉਂਦਾ ਹੈ ਬੜਾ ਜ਼ਰੂਰੀ ਹੈ ਤੂਦ ਭਾਵੈ ਤੇਰੀ ਬੰਦਗੀ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਉਸ ਕਾਲਪੁਰਖ ਨੂੰ ਉਸ ਕਾਲਪੁਰਖ ਦੀ ਬੰਦਗੀ ਹੀ ਕਿਉਂ ਪਾਉਂਦੀ ਹੈ ਜਾਂ ਬੰਦਗੀ ਕਰਨ ਵਾਲੇ ਹੀ ਕਿਉਂ ਪਾਉਂਦੇ ਨੇ ਇੱਕ ਵੱਖਰਾ ਵਿਸ਼ਾ ਹੈ ਜੇ ਤੇ ਆਪਾਂ ਪੂਰੀ ਡਿਟੇਲ ਦੇ ਵਿੱਚ ਇਹਦੇ ਤੇ ਆਵਾਂਗੇ ਚੰਗੀ ਤਰ੍ਹਾਂ ਖੋਖਾਂਗੇ ਕਿ ਵਾਕਿਆ ਹੀ ਇਦਾਂ ਹੀ ਹੈ ਜਾਂ ਕੋਈ ਇਹਦਾ 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 ਕੋਈ ਵੱਖਰਾ ਕੰਟੈਕਸਟ ਇਹ ਵਾਕਿਆ ਇਹ ਚਾਹੁੰਦਾ ਵੀ ਮੇਰਾ ਨਾਮ ਜਪਣ ਲੋਕੀ ਇਹਦੇ ਉੱਤੇ ਆਪਾਂ ਫੇਰ ਕਿਸੇ ਦਿਨ ਵਿਚਾਰ ਕਰਾਂਗੇ ਸੇਈ ਤੁਧ ਨੋ ਗਾਵ ਹੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਤੇਰੇ ਭਗਤ ਤੇਰੇ ਨਾਮ ਰਸ ਨਾਲ ਰੱਤੇ ਪਏ ਨੇ ਤੇਰੇ ਬਾਣੇ ਵਿੱਚ ਰਹਿੰਦੇ ਆ ਤੇਰੇ ਸ਼ਬਦ ਦੀ ਕਮਾਈ ਕਰਦੇ ਆ ਇਬਾਦਤ ਕਰਦੇ ਆ ਨਾਮ ਜਪਦੇ ਆ ਭਗਤੀ ਕਰਦੇ ਆ ਹੋਰ ਕੀਤੇ ਗਾਵਨ ਸੇਮੈ ਚੇਤਨਾਵਨ ਇੱਥੇ ਆ ਕੇ ਹੁਣ ਮੈਂ ਕਿਹਾ ਸੀ ਕਿ ਸ਼ੁਰੂਆਤ ਦੇ ਵਿੱਚ ਜਿਹੜੀਆਂ ਜਿਹੜਾ ਗਿਆਨ ਤੁਰਿਆ ਇਸ ਪਦੇ ਦੇ ਵਿੱਚ ਉਹ ਕਰਤੇ ਪੁਰਖ ਦੇ ਵਿਚਿਤ੍ਰ ਦਰ ਘਰ ਬਾਰੇ ਹੈ ਉਸ ਦਰ ਘਰ ਦੇ ਵਿੱਚ ਪਹੁੰਚ ਕੇ یوں ਲੱਗਦਾ ਕਿ ਸਾਰੀ ਪ੍ਰਕਿਰਤੀ ਹੀ ਉਹਦਾ ਨਾਮ ਜਪ ਰਹੀ ਹੈ। ਲੇਕਿਨ ਇੱਥੇ ਆ ਕੇ ਜਿਹੜਾ ਪਿਛਲਾ ਸਬਜੈਕਟ ਸੀ ਅਕਾਲ ਪੁਰਖ ਬਾਰੇ ਉਹ ਥੋੜਾ ਜਿਹਾ ਚੇਂਜ ਹੋ ਰਿਹਾ। ਨੋਟਿਸ ਕਰੋ। ਗਾਵਰ ਲਤੁਰ ਪਾਇ ਤੇਰੇ ਅਕਸਰ ਤੀਰਥ ਨਾਲੇ ਗਾਵਾਂ ਜੋਤ ਮਹਾਂਮਲ ਸੁਰਾ ਗਾਵਾਂ ਖਾਣੀ ਚਾਰੇ ਗਾਵਾਂ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਸੇਹੀ ਤੁਦਨੋ ਗਾਵਾਂ ਜੋਤੁ ਭਾਵਨ ਰਤੇ ਤੇਰੇ ਭਗਤ ਰਸਾਲੇ ਹੁਣ ਇੱਥੇ ਗੁਰੂ ਬਾਬਾ ਨਾਨਕ ਉਸ ਬਿਆਨਤ ਕਰਤੇ ਪੁਰਖ ਦੇ ਅੱਗੇ ਸਰੈਂਡਰ ਕਰ ਰਹੇ ਆ ਦੇਖੋ ਧਿਆਨ ਦੇ ਨਾਲ ਉਹ ਵਿਚਾਰ ਕਰਦੇ ਕਰਦੇ ਐਸਾ ਮਨ ਇਥੇ ਭਿੱਜਿਆ ਕਮਾਲ ਹੀ ਕਰਦੀ ਬਾਬੇ ਨਾਨਕ ਨੇ ਗਰੀਬੀ ਚ ਗਰੀਬੀ ਚ ਆ ਗਏ ਇੰਨੀ ਗਰੀਬੀ ਕਹਿੰਦੇ ਹੋਰ ਕਿਤੇ ਗਾਵਲ ਸੇ ਮੈਂ ਚੇਤਨਾਵਨ ਕਹਿੰਦੇ ਮੇਰੀ ਮੈਂ ਤੇ ਸੋਚ ਵੀ ਨਹੀਂ ਸਕਦਾ ਬਾਬਾ ਨਾਨਕ ਇਬਾਦਤ ਕਰਦੇ ਭਗਤੀ ਕਰਦੇ ਭਜਨ ਕਰਦੇ ਕਹਿੰਦੇ ਨੇ ਹੋਰ ਅਨੇਕਾਂ ਹੀ ਤੇਰਾ ਜਾਪ ਕਰ ਰਹੇ ਨੇ ਪਰ ਮੇਰੇ ਚਿੱਤ ਵਿੱਚ ਨਹੀਂ ਆ ਰਹੇ ਸੇ ਮੈਂ ਚੇਤਨਾਵਨ ਨਾਨਕ ਕਿਆ ਵਿਚਾਰੇ ਮੈਂ ਮੈਂ ਗਰੀਬ ਕੀ ਵਿਚਾਰਾ ਉਹਨਾਂ ਦੇ ਬਾਰੇ ਪਤਾ ਹੀ ਨਹੀਂ ਇਹ ਕੌਣ ਕੌਣ ਤੇਰੀ ਭਗਤੀ ਕਰ ਰਿਹਾ ਹੈ ਤੇਰੀ ਇਬਾਦਤ ਕਰ ਰਿਹਾ ਹੈ ਤੇਰੇ ਭਾਣੇ ਦੇ ਵਿੱਚ ਤੇਰੀ ਹੁਕਮ ਦੇ ਵਿੱਚ ਬਾਬਾ ਨਾਨਕ ਸਰੈਂਡਰ ਕਰਦੇ ਹੈ ਕਹਿੰਦੇ ਮੇਰੇ ਚਿੱਤ ਚ ਨਹੀਂ ਆ ਸਕਦੇ ਆਪਣੀ ਇਨਕੇਪੇਬਿਲਿਟੀ ਸ਼ੋਅ ਕੀਤੀ ਬਾਬੇ ਨਾਨਕ ਨੇ ਗਰੀਬੀ ਸ਼ੋਅ ਕੀਤੀ ਹੈ ਨਚੋੜ ਗਰੀਬੀ ਟੈਪ ਹੈ ਇਨੂੰ ਕਹਿੰਦੇ ਟਹਿ ਜਾਣਾ ਉਸ ਬਿਆਨਤ ਕਾਲਪੁਰਖ ਦੇ ਅੱਗੇ ਬਾਬਾ ਨਾਨਕ ਨੀਵਾ ਹੋ ਗਿਆ ਕਹਿੰਦੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾਵੋ ਓ ਵਾਹਿਗੁਰੂ ਵਾਹਿ ਮੈਂ ਕੀ ਉਹਦੇ ਵਿਚਾਰ ਕਰਾਂ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚ ਹੀ ਨਹੀਂ ਉਹ ਕਰਤਾਪੁਰਖ ਪ੍ਰਭੂ ਪਰਮੇਸ਼ਰ ਆਪ ਸਦਾ ਥਿਰ ਰਹਿਣ ਵਾਲਾ ਹੈ ਉਹਦੇ ਨਾਮ ਦੀ ਵੀ ਸਦਾ ਹੋਣ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਾਹੀਂ ਕਰਤਾਪੁਰਖ ਬਿਆਨਤ ਹੈ ਉਹ ਥਿਰ ਹੈ ਉਹੀ ਸ਼ਕਤੀਸ਼ਾਲੀ ਹੈ ਉਹੀ ਪਾਵਰਫੁਲ ਹੈ ਐਸੇ ਕਰਕੇ ਬਾਬਾ ਨਾਨਕ ਉਸ ਇੱਕ ਕਰਤੇ ਪੁਰਖ ਦੇ ਅੱਗੇ ਸਰੈਂਡਰ ਕਰਦਾ ਹੋਰ ਕੀਤੇ ਗਾਵਨ ਸੇਮ ਹੈ ਚਿਤਨਾਵਨ ਨਾਨਕ ਕੀ ਆ ਵਿਚਾਰੇ ਮੈਂ ਕੀ ਵਿਚਾਰ ਕਰਾਂ ਕਰਤਾ ਪੁਰਖ ਆਪ ਹੀ ਸਦਾ ਥੇ ਰਹਿਣ ਵਾਲਾ ਹੈ ਉਸ ਦੇ ਨਾਮ ਦੀ ਸਦਾ ਸਦਾ ਵਸਤੇ ਹੁੰਦਾ ਹੈ ਹੈ ਵੀ ਹੋਸੀ ਜਾਇ ਨ ਜਾਸੀ ਰਚਨਾ ਜਿੰ ਰਚਾਈ ਜਿਸ ਕਰਤੇ ਪੁਰਖ ਨੇ ਜਿਸ ਪ੍ਰਮਾਤਮਾ ਨੇ ਜਿਸ ਪ੍ਰਭੂ ਨੇ ਇਹ ਬ੍ਰह्म ਰਚਨਾ ਰਚੀ ਹੈ ਉਹ ਹੈ ਹੋਵੇਗਾ ਪਹਿਲਾਂ ਵੀ ਸੀ ਉਹ ਨਾ ਕਦੀ ਮਰਦਾ ਹੈ ਨਾ ਕਦੀ ਜੰਮਦਾ ਹੈ ਇਸੇ ਕਰਕੇ ਉਸ ਨੂੰ ਸਤਿ ਗੁਰ ਕਿਹਾ ਹੈ ਸਤ ਗੁਰ ਹੁਣੇ ਦੇਖ ਲਓ ਸਤ ਗੁਰ ਕੌਣ ਹੈ ਇਸ ਤੇ ਅਸੀਂ ਵੱਖਰਾ ਇਹਦੇ ਤੇ ਵਿਚਾਰ ਕਰਨੀ ਹੈ ਟੋਪਿਕ ਰੱਖ ਕੇ ਸਤ ਗੁਰ ਦਾ ਲੇਕਿਨ ਕਲੀਅਰ ਹੋ ਗਿਆ ਕਿ ਜਿਹਦੇ ਅੱਗੇ ਬਾਬਾ ਨਾਨਕ ਟਹਿ ਰਿਹਾ ਹੈ ਨਿਵਾ ਹੋ ਰਿਹਾ ਹੈ ਉਹੀ ਸਤ ਗੁਰ ਹੈ ਉਹ ਪਰਮ ਸ਼ਕਤੀ ਪਰਮੇਸ਼ਰ ਹੀ ਸਤ ਗੁਰ ਹੈ ਉਹ ਕੋਣ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀਂ ਉਹਦਾ ਨਾਮ ਹੀ ਸੱਚਾ ਹੈ ਉਹਦੇ ਨਾਮ ਦੀ ਹੋਂਦ ਵੀ ਸਦਾ ਵਸਤੇ ਹੈ ਤੇ ਜਿਸ ਅਕਾਲ ਪੁਰਖ ਨੇ ਬ੍ਰਹਮ ਰਚਨਾ ਰਚੀ ਹੈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੈਨ ਰਚਾਈ वो है आद सच जुगाद सच है भी सच नानक हो सी पी सचे नहीं किते जाना। रंगी रंगी, भांति कर कर, जिनसी माया जिन उपाय प्रभु ने कई रंगा भांत भांत दिया जिनसा रच के ਮਾਇਆ ਨਗਰੀ ਬਣਾ ਦਿੱਤੀ ਹੈ ਮਾਇਆ ਨਗਰੀ ਸਾਜ ਦਿੱਤੀ ਹੈ ਰਚ ਦਿੱਤੀ ਹੈ ਉਪਾਅ ਦਿੱਤੀ ਹੈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤੇ ਸਥਿ ਵਡਿਆਈ ਆਪਣੀ ਹੀ ਕਿਰਤ ਨੂੰ ਰਚ ਕੇ ਉਹਦੀ ਨਿਰੰਤਰ ਸੇਵਾ ਸੰਭਾਲ ਕਰ ਰਿਹਾ ਹੈ ਉਹਨੂੰ ਅਨ ਅਟੈਂਡਡ ਨਹੀਂ ਛੱਡਿਆ ਉਹਨੇ ਲਵਾਰਿਸ ਨਹੀਂ ਛੱਡਿਆ ਉਹਨੂੰ ਇਹ ਕਰਤੇ ਪੁਰਖ ਦਾ ਸੁਭਾਅ ਹੈ ਕਰ ਕਰ ਵੇਖੇ ਕੀਤਾ ਆਪਣਾ ਲਗਾਤਾਰ ਉਹਦੀ ਸੁਭਾਲ ਕਰ ਰਿਹਾ ਹੈ ਜੀਵ ਤੇਸ ਦੀ ਵਡਿਆਈ ਇਹੀ ਵਡਿਆਈ ਹੈ ਕਰਤੇ ਪੁਰਖ ਦੀ ਜੋਤਿ ਸੁਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਜੋ ਪਾਉਂਦਾ ਹੈ ਉਹ ਕਰਦਾ ਹੈ ਆਪਣੀ ਮਰਜ਼ੀ ਦੇ ਨਾਲ ਕਰਦਾ ਹੈ ਕਿਸੇ ਦੀ ਹੀਲ ਹੁਜਤ ਨਹੀਂ ਚੱਲਦੀ ਹੁਕਮ ਨਾ ਕਰਨਾ ਜਾਈ ਕਿਸੇ ਦੀ ਹੀਲ ਹੁਜਤ ਕਿਸੇ ਦੀ ਕਿਸੇ ਦਾ ਕੁਝ ਨਹੀਂ ਚੱਲਦਾ ਉਸ ਪਰਮੇਸ਼ਰ ਦੇ ਅੱਗੇ ਜੋ ਉਹਨੂੰ ਪਾਉਂਦਾ ਉਹ ਕਰ ਰਿਹਾ ਸੋ ਪਾਦਸ਼ਾਹ ਸ਼ਾਹ ਪਾਦਸ਼ਾਹਬ ਨਾਨਕ ਰਹਿਣ ਰਜਾਈ ਬਾਬਾ ਨਾਨਕ ਫੇਰ ਇੱਕ ਵਾਰੀ ਉਸ ਅਵਸਥਾ ਚ ਆਉਲੇ ਗਰੀਬੀ ਚ ਆਉਂਦੇ ਐ ਸ਼ਰਮ ਦੇ ਵਿੱਚ ਆਉਂਦੇ ਐ ਉਸ ਕਰਤੇ ਪੁਰਖ ਦੇ ਅੱਗੇ ਟਹਿ ਜਾਂਦੇ ਐ ਕਹਿੰਦੇ ਉਹ ਸਰਬ ਸ੍ਰੇਸ਼ਟ ਪ੍ਰਭੂ ਬਾਦਸ਼ਾਹਾਂ ਦਾ ਮਾਲਕ ਹੈ ਸ਼ਾਹਾਂ ਪਾਦਸ਼ਾਹਾਂ ਦਾ ਮਾਲਕ ਹੈ ਤੇ ਜੋ ਉਸ ਦੀ ਰਜ਼ਾ ਵਿੱਚ ਜਿਹੜਾ ਇੰਨਾ ਇੰਨਾ ਸ਼ਾਹਾਂ ਦਾ ਸ਼ਾਹ ਹੈ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਸਾਡਾ ਫਰਜ਼ ਕੀ ਬਣਦਾ ਜਦੋਂ ਬਾਬੇ ਨਾਨਕ ਰਗਾ ਕਹਿ ਰਿਹਾ ਨਾਨਕ ਰਹਿਣ ਰਜ਼ਾਈ ਧੰਗੁਰੂ ਨਾਨਕ ਪਾਤਸ਼ਾਹ ਤਨ ਗੁਰੂ ਨਾਨਕ ਬਾਛਾ ਤਨ ਗੁਰੂ ਨਾਨਕ ਬਾਛਾ ਕਹਿੰਦੇ ਸਾਡਾ ਫਰਜ਼ ਹੈ ਉਹਦੀ ਰਜ਼ਾ ਦੇ ਵਿੱਚ ਰਹੀਏ ਉਹਦੀ ਰਜ਼ਾ ਤੋਂ ਬਾਹਰ ਨਾ ਜਾਈਏ ਜੋ ਤੁਸਪਾਵੈ ਸੋਈ ਕਰਸੀ ਉਹਨੂੰ ਜੋ ਪਾਉਂਦਾ ਹੈ ਉਹਨੇ ਉਹ ਕੰਮ ਕਰਨੇ ਨੇ ਉਹਨੂੰ ਕੋਈ ਤਬਦੀਲ ਨਹੀਂ ਕਰ ਸਕਦਾ ਕੋਈ ਚੇਂਜ ਨਹੀਂ ਕਰ ਸਕਦਾ ਹਾਂ ਆਪਣੇ ਆਪ 'ਚ ਜ਼ਰੂਰ ਕਰ ਸਕਦੇ ਆ ਉਪਦੇਸ਼ ਦੇ ਨਾਲ ਭਗਤੀ ਦੇ ਨਾਲ ਇਬਾਦਤ ਦੇ ਨਾਲ ਪਰ ਜੋ ਉਹਨੇ ਸ੍ਰਿਸ਼ਟੀ ਸਾਜੀ ਹੈ ਉਸ ਰਚਨਾ ਦੇ ਵਿੱਚ ਕੋਈ ਆਪਣੀ ਹੀਲ ਹੁਜਜਤ ਨਹੀਂ ਚਲਾ ਸਕਦਾ ਤੇ ਜਿਹੜਾ ਉਸ ਸ਼ਾਹਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਮਾਲਕ ਹੈ ਸਾਡਾ ਫਰਜ਼ ਹੈ ਉਹਦੀ ਰਜ਼ਾ ਦੇ ਵਿੱਚ ਰਹੀਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਆਪਾਂ ਅੱਜ ਦੀ ਜਿਹੜੀ